ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾ ਕਰਦੇ ਨੇ ਜੋ ਦੁਖੀ ਮਨੁੱਖਤਾ ਦੀ, ਸੇਵਾ ਕਰਦੇ ਨੇ ਜੋ ਦੁਖੀ ਮਨੁੱਖਤਾ ਦੀ, ਹੁੰਦੀ ਵਿੱਚ ਦਰਗਾਹ ਪ੍ਰਵਾਨ ਸੇਵਾ। ਪ੍ਰਭੂ ਸਿਮਰਨ 'ਚ ਜਿਹੜੇ ਨੇ ਲੀਨ ਰਹਿੰਦੇ, ਉਹਨਾਂ ਭਗਤਾਂ ਦੀ ਕਰੇ ਭਗਵਾਨ ਸੇਵਾ। ਪ੍ਰਭੂ ਸਿਮਰਨ 'ਚ ਜਿਹੜੇ ਨੇ ਲੀਨ ਰਹਿੰਦੇ, ਉਹਨਾਂ ਭਗਤਾਂ ਦੀ ਕਰੇ ਭਗਵਾਨ ਸੇਵਾ। ਧੰਨ ਗੁਰੂ ਰਾਮਦਾਸ ਜੀ, ਭਾਈ ਜੇਠੇ ਨੇ ਕੀਤੀ ਮਹਾਨ ਸੇਵਾ। ਤੀਜੇ ਗੁਰਾਂ ਦੇ ਬਣੇ ਜਵਾਈ ਭਾਵੇਂ, ਤੀਜੇ ਗੁਰਾਂ ਦੇ ਬਣੇ ਜਵਾਈ ਭਾਵੇਂ, ਪਰ ਭਾਈ ਜੇਠੇ ਨੇ ਕੀਤੀ ਮਹਾਨ ਸੇਵਾ। ਖਿੜੇ ਮੱਥੇ ਸੀ ਟੋਕਰੀ ਢੋਈ ਸਿਰ ਤੇ, ਉਹਨਾਂ ਸਮਝੀ ਨਾ ਕਰੇ ਅਪਮਾਨ ਸੇਵਾ। ਸਿਰ ਤੇ ਮਿੱਟੀ ਦੀ ਟੋਕਰੀ ਰਹਿ ਚੁੱਕਦੇ, ਸਦਾ ਸਮਝ ਕੇ ਸਿੱਖੀ ਦੀ ਸ਼ਾਨ ਸੇਵਾ। ਆਏ ਕਦੇ ਨਾ ਹਉਮੈ ਹੰਕਾਰ ਅੰਦਰ, ਕੀਤੀ ਹੋ ਕੇ ਸਦਾ ਨਿਰਮਾਣ ਸੇਵਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤੀਜੇ ਪਾਤਸ਼ਾਹ ਸੋਚ ਕੇ ਸੋਚ ਲੰਮੀ, ਤੀਜੇ ਪਾਤਸ਼ਾਹ ਸੋਚ ਕੇ ਸੋਚ ਲੰਮੀ, ਦੋਵੇਂ ਪ੍ਰਾਹੁਣੇ ਬੁਲਾਉਣ ਲਈ ਹੁਕਮ ਕੀਤਾ। ਸਿੱਖੀ ਸਿਦਕ ਦੀ ਪ੍ਰੀਖਿਆ ਲੈਣ ਖਾਤਰ ਇੱਕ ਥੜਾ ਬਣਾਉਣ ਲਈ ਹੁਕਮ ਕੀਤਾ। ਹੁੰਦਾ ਪਾਸ ਇਹ ਕਿਹੜਾ ਇਮਤਿਹਾਨ ਵਿੱਚੋਂ, ਗੁਰਾਂ ਇਹ ਅਜਮਾਉਣ ਲਈ ਹੁਕਮ ਕੀਤਾ। ਇਹ ਥੜੇ ਨੂੰ ਤੱਕ ਕੇ ਹਰ ਵਾਰੀ ਗੁਰੂ ਸਾਹਿਬ ਨੇ ਢਾਉਣ ਲਈ ਹੁਕਮ ਕੀਤਾ। ਨਹੀਂ ਨਹੀਂ, ਪਸੰਦ ਨਹੀਂ ਥੜਾ ਮੈਨੂੰ, ਢਾ ਕੇ ਫੇਰ ਬਣਾਉਣ ਲਈ ਹੁਕਮ ਕੀਤਾ। ਭਾਈ ਰਾਮਾ ਜੀ ਅੱਕ ਕੇ ਕਹਿਣ ਲੱਗੇ, ਤੁਸਾਂ ਸਾਨੂੰ ਖਿਜਾਉਣ ਲਈ ਹੁਕਮ ਕੀਤਾ। ਬਿਰਧ ਉਮਰ ਕਰਕੇ ਤੁਸੀਂ ਭੁੱਲ ਜਾਂਦੇ, ਪਹਿਲਾਂ ਜਿੱਦਾਂ ਬਣਾਉਣ ਲਈ ਹੁਕਮ ਕੀਤਾ, ਹਰ ਵਾਰ ਬਣਾਵਾਂ ਮੈਂ ਥੜਾ ਉਦਾਂ ਜਿੱਦਾਂ ਤੁਸੀਂ ਬਣਾਉਣ ਲਈ ਹੁਕਮ ਕੀਤਾ, ਹਰ ਵਾਰ ਬਣਾਵਾਂ ਮੈਂ ਥੜਾ ਉਦਾਂ ਜਿੱਦਾਂ ਤੁਸੀਂ ਬਣਾਉਣ ਦਾ ਹੁਕਮ ਕੀਤਾ। ਭਾਈ ਜੇਠੇ ਨੂੰ ਕਿਹਾ ਜੇ ਸਤਿਗੁਰਾਂ ਨੇ, ਕਹਿੰਦੇ ਬੜਾ ਮੈਂ ਤਾਂ ਭੁੱਲਣ ਹਾਰ ਦਾ ਤਾਂ, ਹਰ ਵਾਰੀ ਉਹ ਤੁਸੀਂ ਤਾਂ ਠੀਕ ਦੱਸਦੇ, ਮੈਂ ਹੀ ਭੁੱਲ ਜਾਂਦਾ ਹਰ ਵਾਰ ਦਾ ਤਾਂ। ਟੇਢਾ ਮੇਢਾ ਬਣ ਜਾਂਦਾ ਏ ਛੜਾ ਮੈਥੋਂ, ਢਾ ਕੇ ਵੀ ਦਿੰਦਾ ਹਾਂ ਫੇਰ ਉਸਾਰ ਦਾ ਤਾਂ, ਵਾਰ ਵਾਰ ਮੈਂ ਗਲਤੀ ਤੇ ਕਰਾਂ ਗਲਤੀ, ਤੁਸੀਂ ਬਖਸ਼ ਦਿੰਦੇ ਹਰ ਵਾਰ ਦਾ ਤਾਂ। ਸੁਣ ਕੇ ਬਚਨ ਨੇ ਜੇਠੇ ਦੇ ਮੁੱਖ ਵਿੱਚੋਂ, ਸਤਿਗੁਰੂ ਆਖਿਆ ਵਜਦ ਵਿੱਚ ਆ ਕੇ ਤੇ, ਸਿੱਖਾ ਸੇਵਾ ਦੀ ਸਿੱਖੀ ਤੂੰ ਜਾਚ ਪੂਰੀ, ਵਾਰ ਵਾਰ ਇਹ ਥੜਾ ਬਣਾ ਕੇ ਤੇ। ਥੜਾ ਨਹੀਂ, ਤੂੰ ਤਖ਼ਤ ਬਣਾ ਰਿਹਾ ਸੀ, ਥੜਾ ਨਹੀਂ ਤੂੰ ਤਖ਼ਤ ਬਣਾ ਰਿਹਾ ਸੀ, ਸੇਵਾ ਸਿਮਰਨ ਦੀ ਮਿਹਨਤ ਲਗਾ ਕੇ ਤੇ, ਤੇਰੀ ਸੇਵਾ ਨੇ ਕੀਤਾ ਏ ਬਸ ਮੈਨੂੰ, ਗੁਰਾਂ ਆਖਿਆ ਸੀਨੇ ਲਗਾ ਕੇ ਤੇ। ਇਹ ਹੈ ਗੁਰੂ ਦੀ ਗੱਦੀ ਦਾ ਅਸਲ ਵਾਰਸ, ਇਹ ਹੈ ਗੁਰੂ ਦੀ ਗੱਦੀ ਦਾ ਅਸਲ ਵਾਰਸ। ਕਿਹਾ ਸੰਗਤ ਨੂੰ ਗੁਰਾਂ ਸੁਣਾ ਕੇ ਤੇ, ਬਾਬੇ ਬੁੱਢੇ ਤੋਂ ਜੇਠੇ ਨੂੰ ਉਸੇ ਵੇਲੇ ਗੁਰ ਗੱਦੀ ਦਾ ਤਿਲਕ ਲਗਾ ਕੇ ਤੇ। ਪੰਜ ਪੈਸੇ ਤੇ ਨਾਰੀਅਲ ਰੱਖ ਅੱਗੇ, ਮੱਥਾ ਟੇਕਿਆ ਸੀਸ ਨਿਵਾ ਕੇ ਤੇ, ਨਦਰੀ ਨਦਰ ਸੀ ਕੀਤਾ ਨਿਹਾਲ, ਜਾ ਤੱਕ ਭਾਈ ਜੇਠੇ ਨੂੰ ਗੁਰੂ ਬਣਾ ਕੇ ਤੇ।